ਭਾਈ ਨਮਸਕਾਰ ਤੇ ਜੈਨ ਤਾਂ ਮੈਂ ਰੋਜ਼ ਹੀ ਸੁਣਦਾ, ਤੁਸੀਂ ਮੈਨੂੰ ਐਂ ਦੱਸੋ ਵੀ ਕਿੱਧਰ ਮੂੰਹ ਚੱਕਿਆ ਬਈ? ਸਾਡੀ ਰਿਪੋਰਟ ਲਿਖੋ ਜੀ। ਰਿਪੋਰਟ ਤਾਂ ਲਿਖਿਆ ਗਈ, ਦਿੱਤੀ ਗੱਲ ਨੀ, ਪਹਿਲੇ ਮੈਨੂੰ ਤੁਸੀਂ ਸਾਰੀ ਗੱਲਬਾਤ ਦੱਸੋ ਵੀ ਗੱਲਬਾਤ ਹੋਈ ਕਿਵੇਂ? ਅਸੀਂ ਰਾਤ ਨੂੰ ਸੁੱਤੇ ਪਏ ਸੀ, ਦੋ ਬੰਦੇ ਆਪਸ ਵਿੱਚ ਗੱਲ ਕਰਨ ਲੱਗੇ, ਜੇ ਬੋਲੇ ਤੇ ਮਾਰ ਦਾਂਗੇ। ਉਸ ਤੋਂ ਬਾਅਦ ਸਾਰਾ ਸਮਾਨ ਇਕੱਠਾ ਕੀਤਾ ਤੇ ਲੈ ਕੇ ਚੱਲਦੇ ਬਣੇ। ਸਾਰਾ ਸਮਾਨ ਲੈ ਗਏ? ਸਾਰਾ ਲੈ ਗਏ। ਤੇ ਫਿਰ ਸਾਡੇ ਵਾਸਤੇ ਕੀ ਛੱਡ ਕੇ ਗਏ? ਮੇਰਾ ਮਤਲਬ ਇਹ ਹੈ ਕਿ ਕੁਛ ਮਾਸ ਸਾਲ ਅਸੀਂ ਦੇਖਾਂਗੇ ਮਾਲਾਂ ਨੂੰ ਵੀ ਮਾਲ ਕਿਹੋ ਜਿਹਾ ਚੋਰੀ ਕਰਕੇ ਗਏ ਹੈ। ਖੈਰ ਛੱਡੋ ਪਰੇ, ਤੁਸੀਂ ਆਪ ਕਿਉਂ ਨੀ ਬੋਲੇ? ਅਸੀਂ ਸੋਚਿਆ ਕਿ ਬਈ ਜੇ ਅਸੀਂ ਬੋਲਾਂਗੇ ਤਾਂ ਸਾਨੂੰ ਮਾਰ ਦੇਣਗੇ। ਇਹਦਾ ਮਤਲਬ ਸੋਨੂੰ ਮਾਰਨਾ ਜਾਣ, ਸਾਨੂੰ ਮਾਰ ਜਾਣ। ਬਹਿ ਜਾਓ। ਇਹ ਮਾਮਲਾ ਬੜਾ ਗੰਭੀਰ ਲੱਗਦਾ। ਸਾਡੀ ਰਿਪੋਰਟ ਲਿਖੋ ਜੀ, ਜਲਦੀ ਲਿਖੋ ਜੀ ਸਾਡੀ ਰਿਪੋਰਟ। ਤੁਸੀਂ ਦੇਰ ਕਿਉਂ ਕਰ ਰਹੇ ਹੋ ਜੀ? ਸਾਡੀ ਰਿਪੋਰਟ ਲਿਖੋ ਜੀ। ਕਿਹੜੀ ਰਿਪੋਰਟ ਲਿਖਾਂ, ਕਾਹਦੀ ਰਿਪੋਰਟ ਲਿਖਾਂ? ਪਹਿਲਾਂ ਮੈਨੂੰ ਇਹ ਨੀ ਸਮਝ ਆ ਰਿਹਾ ਵੀ ਇਹ ਡਾਕਾ ਕਿ ਚੋਰੀ ਹੈ। ਜਿੰਨਾ ਚਿਰ ਮੈਂ ਇਹਦੀ ਸੰਭਾਵਨਾ ਪੂਰੀ ਨੀ ਕਰ ਲੈਂਦਾ ਵੀ ਇਹ ਡਾਕਾ ਕਿ ਚੋਰੀ ਹੈ, ਉਹਨਾਂ ਚਿਰ ਮੈਂ ਰਿਪੋਰਟ ਥੋੜੀ ਕਿਵੇਂ ਲਿਖ ਸਕਦਾ? ਕਿਉਂ ਵੀ ਅਮਰੀਕ? ਨਹੀਂ, ਇਹਦੇ ਬਾਰੇ ਤਾਂ ਮੈਨੂੰ ਨਾ ਉੱਤੋਂ ਪੁੱਛਣਾ ਪਊਗਾ। ਹਾਂ, ਉੱਤੇ ਮੈਂ ਟੈਲੀਫੋਨ ਕਰ ਲੈਂਦਾ। ਹੈਲੋ, ਐਸ ਪੀ ਸਾਹਿਬ, ਮੈਂ ਡਾਇਰੈਕਟ ਥਾਣੇਦਾਰ ਬੋਲ ਰਿਹਾ ਜੀ। ਮੈਂ ਕਰਾ ਕੜਾਕੇਦਾਰ। ਹਾਂਜੀ, ਬਿਆਨ ਕਰ ਲਿਆ ਜੀ। ਹਾਂਜੀ, ਇੱਥੇ ਸਾਰਾ ਮਾਲ ਅਖਰਾ ਬਖਰਾ ਪਿਆ ਸੀ ਜੀ, ਪਰ ਤੁਸੀਂ ਫਿਕਰ ਨਾ ਕਰੋ ਜੀ, ਮੈਂ ਸਾਰੇ ਨੂੰ ਨੰਬਰਵਾਰ ਲਾ ਦੂੰਗਾ ਜੀ, ਸਾਰੇ ਪੁਲਿਸ ਵਾਲੇ ਵੀ ਨੰਬਰਵਾਰ ਲਾ ਦੂੰਗਾ ਜੀ, ਇਹ ਕੈਦੀ ਵੀ ਜਿਹੜੇ ਘੱਟ ਵੱਧ ਖਾਂਦੇ ਆ ਨਾ, ਇਹਨਾਂ ਨੂੰ ਵੀ ਨੰਬਰਵਾਰ ਲਾ ਦੂੰਗਾ ਜੀ। ਹਾਂ, ਦੇਖੋ ਜੀ, ਦੋ ਚਾਰ ਡਾਕੂ ਤਾਂ ਮਾਰਨੇ ਪੈਣਗੇ ਜਿੰਨਾ ਚਿਰ ਮੈਂ ਪ੍ਰਮੋਸ਼ਨ ਲੈਂਦਾ ਨੀ, ਉਹਨਾਂ ਚਿਰ ਗੱਲ ਬਣਦੀ ਨੀ। ਮੈਂ ਕਿਹਾ ਐਸ ਪੀ ਸਾਹਿਬ, ਇੱਕ ਮਾਮਲਾ ਬੜਾ ਪੇਚੀਦਾ ਆ ਗਿਆ ਜੀ। ਹਾਂਜੀ, ਉਹ ਮਾਮਲਾ ਪੇਚੀਦਾ ਇਹ ਹੈ ਜੀ ਵੀ ਪਹਿਲਾਂ ਤਾਂ ਜਿਹੜੇ ਦੋ ਆਦਮੀ ਰਿਪੋਰਟ ਲਿਖਾਉਣ ਵਾਸਤੇ ਆਏ ਆ ਨਾ, ਉਹ ਰੋਂਦੇ ਤਾਂ ਹੈ ਪਰ ਉਹਨਾਂ ਦੇ ਆਂਸੂ ਅੰਦਰ ਗਿਰੀ ਜਾਂਦੇ ਆ। ਮੈਂ ਪਹਿਲੇ ਵਾਰੀ ਦੇਖੇ ਆ ਜੀ, ਉੱਤੋਂ ਉੱਤੋਂ ਰੋਈ ਜਾਂਦੇ ਆ, ਆਂਸੂ ਉਹਨਾਂ ਦੇ ਅੰਦਰ ਗਿਰੀ ਜਾਂਦੇ ਆ ਜੀ। ਉਹ ਐ ਕਹਿੰਦੇ ਆ ਜੀ ਵੀ ਉਹ ਦੋਨੇ ਜੀ ਕਹਿੰਦੇ ਅਸੀਂ 12 ਵਜੇ ਸੁੱਤੇ ਪਏ ਸੀ ਜੀ, ਰਾਤ ਨੂੰ ਕਹਿੰਦੇ ਦੋ ਬੰਦੇ ਆਏ ਅੰਦਰ, ਆਏ ਆ ਕੇ ਬੋਲੇ, ਕਹਿੰਦੇ ਮਾਰ ਦਿਆਂਗੇ ਉਡਾ ਦਿਆਂਗੇ, ਕਹਿੰਦੇ ਅਸੀਂ ਜਾਗ ਉਹਨਾਂ ਨੇ ਜੀ। ਹਾਂਜੀ, ਉਹਨਾਂ ਨੇ ਮਾਲ ਚੱਕਣਾ ਸ਼ੁਰੂ ਕਰਤਾ ਜੀ, ਮਾਲ ਸ਼ੁਰੂ ਕੀਤਾ, ਚੱਕ ਚੱਕ ਕੇ ਸਮਾਨ ਲੈ ਗਏ ਤੇ ਆਪਦੇ ਥੈਲਿਆਂ 'ਚ ਪਾਈ ਗਏ ਤੇ ਸਾਰਾ ਮਾਲ ਲੈ ਗਏ ਜੀ। ਹੁਣ ਸਾਰਾ ਮਾਲ ਉਹ ਲੈ ਗਏ ਜੀ, ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਜੀ ਵੀ ਇਹ ਚੋਰੀ ਹੈ ਕਿ ਡਾਕਿਆ ਜੀ। ਚੋਰੀ ਕਿਵੇਂ ਹੋਈ ਜੀ? ਚੋਰੀ ਤਾਂ ਹੋਈ ਨਾ ਜੀ, ਸਾਹਮਣੇ ਜਾਗਦੇ ਪਏ ਰਹੇ ਜੀ ਤੇ ਉਹ ਸਮਾਨ ਚੱਕੀ ਜਾਂਦੇ ਆ ਜੀ। ਡਾਕਾ ਤਾਂ ਨਹੀਂ ਹੋਇਆ ਜੀ, ਨਾ ਤਾਂ ਉਹਨਾਂ ਨੇ ਪਿਸਤੌਲ ਦਿਖਾਏ ਜੀ ਤੇ ਨਾ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਜੀ, ਨਾ ਡਾਕਾ ਤਾਂ ਨਹੀਂ ਬਣਦਾ ਜੀ। ਚੋਰੀ ਪਰ ਕਿਵੇਂ ਬਣਦੀ ਜੀ? ਚੋਰੀ ਤਾਂ ਬਣਦੀ ਨੀ ਜੀ, ਸਾਹਮਣੇ ਅੱਖਾਂ ਕੋਲ ਬੈਠੇ ਆ ਜੀ, ਇਹ ਤਾਂ ਦੇਖੀ ਜਾਂਦੇ ਆ ਜੀ ਤੇ ਉਹ ਚੱਕੀ ਜਾਂਦੇ ਆ ਜੀ। ਡਾਕਾ ਤੁਹਾਨੂੰ ਮੈਂ ਦੱਸਿਆ ਜੀ, ਡਾਕਾ ਤਾਂ ਉਹਨੂੰ ਕੋਲ ਪਿਸਤੌਲ ਦਾ ਵੀ ਪਤਾ ਨੀ ਸੀ, ਹੈ ਕਿ ਨਹੀਂ ਜੀ? ਚੋਰੀ ਡਾਕਾ ਚੋਰੀ। ਅੱਛਾ ਜੀ, ਅੱਛਾ ਜੀ, ਹਾਂ ਅੱਛਾ ਜੀ, ਠੀਕ ਹੈ ਜੀ। ਲੈ ਤੁਸੀਂ ਪਹਿਲਾਂ ਐ ਦੱਸੋ ਵੀ ਤੁਸੀਂ ਆਪਦੇ ਸਮਾਨ ਦਾ ਬੀਮਾ ਕਰਾਇਆ ਸੀ? ਬਿਲਕੁਲ ਕਰਾਇਆ ਸੀ ਜੀ। ਕਿੰਨੇ ਦਾ ਕਰਾਇਆ ਸੀ? 5 ਲੱਖ ਦਾ ਜੀ। ਲੈ ਚੋਰ ਫੜ ਲੈ ਜੀ। ਕੌਣ ਹੈ? ਮੇਰੇ ਸਾਹਮਣੇ ਬੈਠੇ ਬੈਠੇ ਖੜੇ ਹੋ ਗਏ, ਸਾਨੂੰ ਧੋਖਾ ਦਿੰਦੇ ਹੋ, ਅਸੀਂ ਸਭ ਜਾਣਦੇ ਹਾਂ। ਅਮਰੀਕ, ਇਹਨਾਂ ਦੋਨਾਂ ਨੂੰ ਫੜ ਕੇ ਅੰਦਰ ਕਰ। ਚੱਲ ਅੰਦਰ ਕਰ।
ਡੇੜੇ ਨੇ ਅੰਦਰ ਕਰੂਗਾ ਤੁਹਾਨੂੰ ਮਠੀ ਕਰੂਗਾ ਪਾਊਗਾ ਤੁਹਾਡੇ ਪਟਾਕੇ ਫਿਰ ਤੁਹਾਨੂੰ ਪਤਾ ਲੱਗੂਗਾ ਫਿਰ ਫੁੱਟੋਗੇ ਜੇ ਮੈਂ ਖਰੂਬਜਾ ਫੁੱਟਦਾ ਹੁੰਦਾ ਫਿਰ ਫੁੱਟੋਗੇ ਲੱਗੂ ਪਤਾ ਤੁਹਾਨੂੰ ਅਮਰੀਕ ਜਿਹੜੇ ਗੰਦੇ ਲੋਕ ਨਾ ਪੁਲਿਸ ਸਾਰਿਆਂ ਤੋਂ ਚੱਕਰਾਂ 'ਚ ਪਾਈ ਜਾਂਦੇ ਆ ਤੇ ਬੀਮਿਆਂ ਤੋਂ ਪੈਸੇ ਖਾਈ ਜਾਂਦੇ ਆ ਤੇ ਬੱਚਿਆਂ ਦੇ ਬਰਥਡੇ ਮਨਾਏ ਜਾਂਦੇ ਆ ਹੈਪੀ ਬਰਥਡੇ ਟੂ ਯੂ ਉਹ ਨਿਆਣਾ ਦਾ ਬਰਥਡੇ ਮਨਾਏ ਜਾਂਦੇ ਆ ਤੇ ਸਾਨੂੰ ਵੀ ਚਾਹ ਨਹੀਂ ਪਿਉਂਦਾ ਇਹ ਚਾਹ ਕਿ ਛੱਪੜ ਦਾ ਪਾਣੀ ਆ ਤੂੰ ਬਣਾਈ ਆ ਮੇਰੇ ਬਾਪੂ ਨੇ ਬਣਾਈ ਆ ਜੀ ਹਾਂ ਬਾਪੂ ਨੂੰ ਬੁਲਾ ਕੇ ਲਿਆ ਇਹ ਚਾਹ ਕੌਣ ਬਣਾਉਂਦਾ ਇਹ ਤਾਂ ਬਾਪੂ ਬਣਾਉਂਦਾ ਜੀ ਇਹਦਾ ਬਾਪੂ ਬਣਾਉਂਦਾ ਇਹਦੇ ਬਾਪੂ ਨੂੰ ਕਹਿ ਦਿਓ ਇਹਦਾ ਬਿਸਤਰਾ ਬੋਰੀਆ ਮਤਲਬ ਬਰਦਾਨੀ ਆ ਇੱਥੋਂ ਚੱਕ ਕੇ ਮੈਂ ਛੱਪੜ ਦੇ ਕਿਨਾਰੇ ਲਾ ਦੂੰਗਾ ਮੈਂ ਉਹਦੇ ਛੱਪੜ ਦਾ ਪਾਣੀ ਮੱਝਾਂ ਪੀ ਜਾਣਗੀਆਂ ਤੇ ਇਹਦਾ ਛੱਪੜ ਵਰਗਾ ਪਾਣੀ ਚਾਹ ਮਤਲਬ ਬੁੜੇ ਪੀ ਜਾਣਗੇ ਥਾਣੇਦਾਰ ਜੀ ਅਸਰ ਬੋਰਡ ਸੋਨੇ ਮੈਂ ਕਰਦਾ ਸੀ ਅਪਰੀਕ ਨੂੰ ਸੋਨੇ ਭੇਜ ਦੇਖੋ ਸਰਕਾਰ ਕੀ ਗੱਲ ਹੈ ਮੈਂ ਕਿਹਾ ਇਹ ਚਾਹ ਤੂੰ ਬਣਾਈ ਹੈ ਜੀ ਸਰਕਾਰ ਨਹੀਂ ਬਣਾਈ ਗੱਲ ਸੁਣ ਥਾਣੇ ਦੇ ਵਿੱਚ ਉਮਰ ਹੀ ਦੇਖੀ ਜਾਂਦੀ ਜੁਰਮ ਦੇਖਿਆ ਜਾਂਦਾ ਤੇ ਤੂੰ ਇਹ ਚਾਹ ਪਿਆ ਕੇ ਸਾਨੂੰ ਬਹੁਤ ਵੱਡਾ ਜੁਰਮ ਕੀਤਾ ਤੈਨੂੰ ਪਤਾ ਹੋਣਾ ਚਾਹੀਦਾ ਇਹ ਕਿਸ ਤਰ੍ਹਾਂ ਦੀ ਚਾਹ ਬਣਾਈ ਆ ਏਦਾਂ ਦੀ ਚਾਹ ਤਾਂ ਇਸ ਤਰ੍ਹਾਂ ਹੀ ਹੁੰਦੀ ਆ ਸਰਕਾਰ ਇਹ ਚਾਹ ਤੂੰ ਬਹੁਤ ਖਰਾਬ ਬਣਾਤੀ ਬਈ ਮੁਫਤ ਦੀ ਚਾਹ ਤਾਂ ਇਸ ਤਰ੍ਹਾਂ ਹੀ ਹੁੰਦੀ ਆ ਸਰਕਾਰ ਦੇਖ ਲੈ ਗੱਲ ਸੁਣ ਮੈਂ ਤੇਰਾ ਬਿਸਤਰਾ ਬੋਰੀਆ ਚੁਕਵਾ ਕੇ ਘਰੇ ਭੇਜ ਦੂੰਗਾ ਉੱਥੇ ਬਹੂ ਨਾਲ ਬੈਠਾ ਮੱਖੀਆਂ ਮਾਰੀ ਜਾ ਕਰੀ ਪੈਸੇ ਦਵਾ ਦੂੰਗਾ ਇਹ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਟਰੈਕ ਥਾਣੇਦਾਰ ਲਾ ਕੇ ਆਇਆ ਪਹਿਲੇ ਥਾਣੇਦਾਰ ਹੈ ਨਹੀਂ ਸੀ ਸਰਕਾਰ ਹੁਣ ਤੁਸੀਂ ਆ ਗਏ ਹੋ ਤੁਹਾਡੇ ਵਾਸਤੇ ਸਪੈਸ਼ਲ ਚ ਆਇਆ ਕਰੂ ਸਰਕਾਰ ਠੀਕ ਹੈ ਹੁਣ ਸੁਣ ਲੈ ਜੀ ਅਮਰੀਕ ਮੈਂ ਦੱਸਦਾ ਇਹਨੂੰ ਹੁਣ ਨਾ ਤੂੰ ਦੁੱਧ ਦੀ ਪੱਤੀ ਪਾਉਣੀ ਆ ਠੀਕ ਹੈ ਪਰ ਜਦੋਂ ਦੁੱਧ ਦੀ ਪੱਤੀ ਪਾਤੀ ਉਹਦੇ ਬਾਅਦ ਜਦੋਂ ਉਬਲਣਾ ਪੜ ਲੱਗ ਜੇ ਫਿਰ ਮਾੜੀ ਮਲਾਈ ਪਾਉਣੀ ਆ ਉਹਦੇ ਬਾਅਦ ਫਿਰ ਥੋੜੀ ਮਲਾਈ ਫੇਰ ਪਾ ਦੇਣੀ ਆ ਤੇ ਭੇਜਣ ਲੱਗੇ ਮੇਰੇ ਗਲਾਸ ਚ ਥੋੜੀ ਮਲਾਈ ਫੇਰ ਪਾ ਦੇਣੀ ਆ ਠੀਕ ਹੈ ਸੁਣਿਆ ਜਰਾ ਆ ਮੁੰਡੇ ਨੂੰ ਕਹਿ ਸਾਫ ਕਰ ਸਾਰਾ ਸਾਫ ਕਰਕੇ ਜਾ ਕਰਕੇ ਜਾ ਸਾਫ ਬੁਲਾਈ ਕਰਦਾ ਜ਼ਿਆਦਾ ਹੀ ਜ਼ਿਆਦਾ ਹੀ ਚੌਂਕ ਬਾਹਰ ਕੱਢ ਲੋ ਮੈਂ ਕਰ ਰਿਪੋਰਟ ਲਿਖਾ ਲਾ ਜੀ ਸਾਨੂੰ ਬਾਹਰ ਕੱਢ ਲਾ ਸਾਨੂੰ ਬਾਹਰ ਕੱਢ ਲਾ ਹਲੇ ਤਾਂ ਮੈਂ ਆਉਣਾ ਨਾ ਕੇ ਰਹੂੰਗਾ ਆਪੇ ਬਚੋਗੇ ਮੈਂ ਬਣਾਉਣ ਜਾਣਦਾ ਡਰਾਈ ਟਾਣੇਦਾਰ ਖਾਨਦਾਨੀ ਚੋਰ ਹੈ ਮਸਾ ਮੰਨੇ ਹੈ ਖਾਲੀ ਬਕਸੇ ਚੋਰੀ ਕਰਵਾਈ ਜਾਂਦੇ ਹੈ ਤੇ ਘਰਾਂ ਨੂੰ ਅੱਗ ਲਾਈ ਜਾਂਦੇ ਹੈ ਤੇ ਉਧਰੋਂ ਪੁਲਿਸ ਦੀ ਸ਼ਿਕਾਇਤ ਕਰੀ ਜਾਂਦੇ ਹੈ ਵੀ ਪੁਲਿਸ ਚੋਰ ਨੀ ਫੜਦਾ ਚੋਰ ਤਾਂ ਅਸੀਂ ਫੜ ਲਿਆ ਜਦੋਂ ਸੋਨੂੰ ਫੜ ਕੇ ਅੱਗੇ ਕਰਾਂਗੇ ਮਸਾ ਫੜੇ
ਕੀਤਾ ਐਸ ਪੀ ਸਾਹਿਬ ਨੂੰ ਟੈਲੀਫੋਨ ਕਰਨਾ ਪਊਗਾ। ਹੈਲੋ ਐਸ ਪੀ ਸਾਹਿਬ, ਮੈਂ ਡਾਇਰੈਕਟ ਥਾਣੇਦਾਰ ਮੈਂ ਕਿਹੜਾ ਕੜਾਕੇਦਾਰ ਬੋਲ ਰਿਹਾ ਜੀ। ਬਹੁਤ ਵੱਡਾ ਗਰੁੱਪ ਨਿਕਲਿਆ ਜੀ। ਮੈਂ ਕਿਹਾ ਐਸ ਪੀ ਸਾਹਿਬ, ਇਹ ਤਾਂ ਬਹੁਤ ਵੱਡਾ ਗਬਨ ਨਿਕਲਿਆ ਜੀ। 40-50 ਲੱਖ ਰੁਪਇਆ ਖਾ ਗਏ ਜੀ, ਮਾਲ ਕੱਢ ਗਏ ਜੀ, ਤੇ ਘਰਾਂ ਨੂੰ ਅੱਗ ਲਾ ਦਿੰਦੇ ਆ ਜੀ, ਤੇ ਬਿਲਡਿੰਗ ਜਾਂਦੇ ਜੀ, ਤੇ 2-3 ਵਾਰੀ ਚੋਰੀ ਕਰਾ ਦੀ ਜੀ, ਤੇ ਮਾਲ ਕੋਈ ਗਿਆ ਨੀ ਜੀ। ਇਹਨਾਂ ਨੂੰ ਤਾਂ ਬਹੁਤ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਜੀ। ਨਾ ਜੀ, ਹੁਣ ਮੈਂ ਐਵੇਂ ਛੱਡ ਦੂੰਗਾ ਇਹਨਾਂ ਨੂੰ, ਮੈਂ ਨੀ ਛੱਡਦਾ ਇਹਨਾਂ ਨੂੰ, ਬਾਕੀ ਇਹਨਾਂ ਨੂੰ ਸਜ਼ਾ ਬਹੁਤ ਹੋਣੀ ਚਾਹੀਦੀ ਹੈ ਮੈਂ ਦੱਸਾਂ ਜੀ। ਹਾਂਜੀ ਠੀਕ ਹੈ ਜੀ, ਸਾਡੇ ਤੋਂ ਗਲਤੀ ਹੋ ਗਈ ਜੀ, ਸਾਨੂੰ ਛੱਡ ਦੋ ਜੀ, ਕੁਝ ਲੈ ਲੈ ਕੇ ਰਫਾ ਦਫਾ ਕਰ ਦੋ ਮਾਮਲਾ। ਲੈ ਦੇ ਕੇ, ਲੈ ਦੇ ਕੇ ਦੀ ਗੱਲ ਸੁਣ ਲਓ, ਤੁਹਾਡੀ ਸਟੇਟਮੈਂਟ ਸਾਰੀ ਲਵਾਂਗੇ, ਔਰ ਜਦੋਂ ਸਟੇਟਮੈਂਟ ਲੈ ਲਈ ਫਿਰ ਤੁਹਾਨੂੰ ਅਸੀਂ ਸਜ਼ਾ ਦੇਵਾਂਗੇ, ਆਪੇ ਲੈ ਦੇ ਕੇ ਇਹਨਾਂ ਨੂੰ ਅੰਤ ਕਰ ਦਿਓ। ਮੈਂ ਕਿਹਾ ਚਾਹੁੰਦਾ ਟੈਲੀਵਿਜ਼ਨ ਚੱਲੇ ਆ ਨਾ, ਇਹ ਪੱਠੀ ਵਾਲੀਆਂ ਨੇ ਵੀ ਮੇਕਅਪ ਕਰਨਾ ਸ਼ੁਰੂ ਕਰਤਾ, ਇਹ ਕੰਮ ਘੱਟ ਕਰਦੀਆਂ ਤੇ ਮੇਕਅਪ ਜ਼ਿਆਦਾ ਕਰਦੀਆਂ। ਵੈਸੇ ਵੀ ਅੱਜ ਕੱਲ ਰਿਵਾਜ ਹੋ ਗਿਆ ਕਿ ਕਿਸੇ ਫੰਕਸ਼ਨ ਤੇ ਤੀਵੀਂ ਨੇ ਜਾਣਾ ਨਾ ਤਾਂ ਮੇਕਅਪ ਕੁਝ ਜ਼ਿਆਦਾ ਹੀ ਕਰਦੀ ਹੈ, ਮੈਂ ਦੇਖ ਲਿਆ, ਚਾਹੇ ਕਿਸੇ ਮਰਗ ਤੇ ਜਾਣਾ ਹੋਵੇ। ਫਿਰ ਕਹਾ ਰੋਂਦੀਆਂ ਘੱਟ ਹੈ, ਰੋਂਦੀਆਂ ਤਾਂ ਘੱਟ ਹੈ, ਉਹ ਮੈਂ ਤਾਂ ਤਾਰੀ ਰੋਈ, ਮੇਰੇ ਕਿਤੇ ਮੇਕਅਪ ਨਾ ਉਤਰੀਏ, ਫਿਰ ਮੇਕਅਪ ਤੋਂ ਡਰਦੀ ਹੈ। ਮੈਂ ਕਿਹਾ ਤੂੰ ਪੱਠੀ ਚਲੀ ਹੈ, ਤੈਨੂੰ ਕੀ ਲੱਗਦਾ ਹੈ ਤੂੰ ਪੱਠੀ ਚਲਾਉਣੀ ਹੈ, ਫਿਰ ਕੀ ਤੇਰਾ ਪਿਓ ਚਲਾਉਂਦਾ, ਤੈਨੂੰ ਕੀ ਸ਼ਿਕਾਇਤ ਕੀ ਹੈ, ਤੂੰ ਇੱਥੇ ਸਿੱਧੀ ਆਈ ਹੈ, ਅੰਦਰ ਕਿਉਂ ਨਹੀਂ ਗਈ? ਵੇਖ ਖਸਮਾਂ ਨੂੰ ਖਾਣਿਆ, ਇੱਕ ਗੱਲ ਸੁਣ ਲੈ ਤੂੰ, ਕੰਨ ਖੋਲ ਕੇ, ਸਾਡੀ ਪੱਠੀ ਤੇ ਸੰਦਰ ਵੀ ਆਉਂਦਾ, ਹਾਂ ਮੰਤਰੀ ਵੀ ਆਉਂਦਾ, ਛੋਟਾ ਵੀ ਆਊ ਤੇ ਵੱਡਾ ਵੀ ਆਊ, ਚਪੜਾਸੀ ਵੀ ਆਊਗਾ ਤੇ ਆਫੀਸਰ ਵੀ ਆਏਗਾ, ਹਾਂ ਤੇ ਤੇਰੇ ਢਿੱਡੀ ਕਿਉਂ ਪੀੜ ਪੈਂਦੀ ਹੈ? ਜੇ ਤੂੰ ਸਾਡੀ ਗ੍ਰਾਹਕੀ ਖਰਾਬ ਕੀਤੀ ਤੇ ਉਹਦੇ ਚ ਦਖਲ ਅੰਦਾਜ਼ੀ ਕੀਤੀ ਤਾਂ ਫਿਰ ਤੂੰ ਵੇਖੀ ਮੈਂ ਕੀ ਕਰਦੀ ਹਾਂ, ਮੈਂ ਤੇਰੀ ਇੱਕ ਟੋਪੀ ਉਤਾਰ ਕੇ ਤੇ ਫਿੱਤੇ ਉਤਾਰ ਕੇ ਤੇਰੇ ਹੱਥ ਵਿੱਚ ਦੇ ਦੂੰ, ਹੈਂ ਤੂੰ ਮੈਨੂੰ ਜਾਣਦਾ ਨਹੀਂ ਹੈ? ਮੈਂ ਕਿਹਾ ਤੂੰ ਪੱਠੀ ਚਲਾਉਣੀ ਹੈ, ਆਹਾ ਮੈਂ ਵੀ ਭੱਟੀ ਵਾਲੀ ਹੂੰ, ਅਰੇ ਮੇਰੀ ਬਾਤ ਧਿਆਨ ਤੇ ਸੁਣ ਲੈ, ਮਾਰਾ ਰਿਸ਼ਤੇਦਾਰ ਪੁਲਿਸ ਮੈਂ ਹੈ, ਅਗਰ ਉਸਨੇ ਬੇੜਾ ਪੜ ਗਿਆ ਤਾਂ ਤਾਰੀ ਤੋਂ ਖਾਦ ਖੜੀ ਕਰ ਦੇਗਾ। ਮਹਿੰਗਾ ਰਾਮ, ਉਹ ਮੈਨੂੰ ਖੋਲ ਕੇ ਦੱਸ ਮਾਮਲਾ ਕੀ ਹੈ? ਮਾਮਲਾ ਬੜਾ ਖਰਾਬ ਹੋ ਚੁੱਕਿਆ ਜੀ, ਬੜਾ ਪਚੀਦਾ ਹੈ ਜੀ। ਦੱਸ ਵੀ ਤਾਂ ਸਹੀ, ਇਹ ਗੱਲ ਇਹ ਹੈ ਜੀ, ਇਹ 5 ਪੱਠੀਆਂ ਫੜੀਆਂ ਜੀ, ਜਿਹਨਾਂ ਵਿੱਚੋਂ 4 ਤਾਂ ਤੀਵੀਆਂ ਚਲਾ ਰਹੀਆਂ ਜੀ, ਤੇ ਇੱਕ ਬੰਦਾ ਚਲਾ ਰਿਹਾ ਜੀ, ਤੇ ਜਦੋਂ ਤੀਵੀਆਂ ਨੂੰ ਫੜ ਕੇ ਲਏ ਜੀ ਤੇ ਅੰਦਰ ਦੇਣ ਲੱਗੇ ਜੀ, ਤੇ ਉਦੋਂ ਤੀਵੀਆਂ ਲੜ ਪਈਆਂ ਜੀ, ਤੀਵੀਆਂ ਅੱਗੇ ਧੱਕੇ ਮਾਰਨ ਲੱਗ ਗਈਆਂ ਜੀ। ਪਹਿਲਾਂ ਤਾਂ ਮੈਂ ਕਹਿਣ ਲੱਗੇ ਸੀ ਆਪਣੇ ਪੁਲਿਸ ਵਾਲੇ ਨੂੰ, ਫਿਰ ਫੜ ਕੇ 2000 ਲਾਓ, ਫਿਰ ਮੈਂ ਕਿਹਾ ਨਹੀਂ ਜੀ, ਜਦੋਂ ਮੈਂ ਬਿਆਨ ਲਏ ਤਾਂ ਬਿਆਨ ਜੀ ਅਲਮ ਗਲਮ ਦੇਣ ਲੱਗ ਗਈਆਂ ਜੀ। ਅਲਮ ਗਲਮ ਨਾ ਬੋਲੀ, ਤੁਹਾਡੀ ਪੂਜਾ ਕਰੀਏ, ਪੱਠੀ ਨਾ ਤਾਂ ਤੁਸੀਂ ਅੱਧਾ ਢਿੱਡ ਕਿਵੇਂ ਭਰੀਏ, ਤੁਸੀਂ ਤਾਂ 2-2 ਫੀਤੀਆਂ ਲਾ ਕੇ ਬੁੱਕ ਭਰ ਲੈਂਦੇ ਨੋਟਾਂ ਦਾ, ਅਸੀਂ ਸਾਰਾ ਸਾਰਾ ਦਿਨ ਖੂਨ ਫੂਕਣਾ ਹੁੰਦਾ, ਬਾਲਣ ਫੂਕਣਾ ਹੁੰਦਾ, ਫਿਰ ਜਾ ਕੇ 2 ਜਵਾਕਾਂ ਰੋਟੀ ਮਿਲਦੀ ਹੈ, ਤਾਂ ਜਾ ਕੇ ਉਹਨਾਂ ਦਾ ਪੇਟ ਭਰਦਾ, ਸਾਨੂੰ ਫੜ ਕੇ ਲੈ ਆਏ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ? ਉਹ ਕੁੜੀ ਹੈ,
ਉਹ ਛੋਟੀ ਜਿਹੀ ਉਮਰ ਹੈ ਤੇਰੀ, ਤੈਨੂੰ ਸ਼ਰਮ ਨੀ ਆਦੀ ਪੱਠੀ ਚਲਾਉਂਦੀ ਨੂੰ? ਉਹ ਜਨਾਬ ਇਹਨੂੰ ਛੋਟੀ ਜਿਹੀ ਕੁੜੀ ਨਾ ਸਮਝੋ, ਇਹਦੀ ਪੱਠੀ ਅੱਗੇ ਕਾਰਾਂ ਦੀ ਲਾਈਨ ਲੱਗੀ ਰਹਿੰਦੀ ਹੈ ਜਨਾਬ। ਕਾਰਾਂ ਦੀ ਲਾਈਨ ਲੱਗੀ ਰਹਿੰਦੀ ਤੇ ਤੇਰੇ ਢਿੱਡ 'ਚ ਕਿਹੜਾ ਪੀੜ ਹੁੰਦੀ ਹੈ? ਪੱਠੀ ਨਾ ਤਾਈਏ ਤੇ ਰੋਟੀ ਕਿੱਥੋਂ ਖਾਈਏ? ਮਾਂ ਬਾਪ ਨੂੰ ਤੁਹਾਡੇ ਘਰ ਭੇਜਣਾ? ਅਸੀਂ ਪੱਠੀ ਤਾਨੇ ਆ, ਤੁਹਾਡੇ ਵਾਂਗੂ ਪੱਖੇ ਥੱਲੇ ਬਹਿ ਕੇ ਇੰਨੀ ਨੋਟ ਨੀ ਲੈ ਕੇ ਜਾਂਦੇ। ਅਸੀਂ ਪੱਠੀ ਤਾ ਕੇ ਅੱਗ ਥੱਲੇ ਬਹਿੰਦੇ ਆ, ਅੱਗ ਥੱਲੇ ਬਹਿ ਕੇ ਸਵੇਰ ਤੋਂ ਲੈ ਕੇ ਪਸੀਨਾ ਤਾਨੇ ਆ, ਦਾਣੇ ਭੁੰਨੀ ਦੇ ਨੇ ਮੱਕੀ ਦੇ, ਉਹ ਵੀ ਤੁਹਾਡੇ ਵਾਂਗੂ ਨੀ ਪੱਖੇ ਥੱਲੇ ਬੈਠੇ ਆ। ਅਸੀਂ ਦਾਣੇ ਭੁੰਨ ਕੇ ਸ਼ਾਮੀ ਦੋ ਨੋਟ ਕਮਾਈ ਦੇ ਨੇ ਤਾਂ ਜਾ ਕੇ ਰਾਤੀ ਰੋਟੀ ਖਾਈ ਦੀ ਹੈ। ਤੇ ਹੋਰ ਕੀ, ਸਾਰਾ ਦਿਨ ਅੱਗ ਤੇ ਪੱਠੀ ਵਿੱਚ ਕਣਕ ਭੁੰਨਦੇ ਆ, ਛੋਲੇ ਭੁੰਨਦੇ ਆ, ਜਵਾਰ ਭੁੰਨਦੇ ਆ, ਤਾਂ ਜਾ ਕੇ ਦੋ ਟੁੱਕ ਆਪਣੇ ਜਵਾਕਾਂ ਨੂੰ ਖਿਲਾਣ ਜੋਗੇ ਹੁੰਦੇ ਆ, ਤੇ ਤੁਹਾਡੇ ਤੋਂ ਉਹ ਵੀ ਨਹੀਂ ਜਰ ਹੁੰਦਾ? ਮੈਂ ਗਰਮ, ਇਹ ਤੂੰ ਕਿਹਨਾਂ ਨੂੰ ਫੜ ਲਿਆਂਦਾ? ਮੈਂ ਕਿਹਾ ਤੁਸੀਂ ਕਹੀ ਪੱਠੀਆਂ ਦੇ ਫੜ ਲਓ ਜੀ, ਤੇ ਪੱਠੀਆਂ ਵਾਲੀਆਂ ਫੜ ਲਈਆਂ ਜੀ ਸਾਰੀ ਉਮਰ। ਮੈਂ ਤੈਨੂੰ ਕਿਹਾ ਸੀ ਸ਼ਰਾਬ ਦੀਆਂ ਪੱਠੀਆਂ ਫੜਨੀਆਂ। ਤੂੰ ਗੱਲ ਸੁਣ, ਮੈਂ ਤੈਨੂੰ ਕਿਹਾ ਸੀ ਸ਼ਰਾਬ ਦੀਆਂ ਪੱਠੀਆਂ ਫੜ ਕੇ ਲਿਆ ਤੇ ਤੂੰ ਕਹਾ ਤੀਵੀਆਂ ਫੜ ਕੇ ਲਿਆ ਜੀ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਮੈਨੂੰ ਵੀ ਮਰਵਾਏਗਾ ਤੇ ਆਪ ਵੀ ਮਰੇਗਾ, ਸਰਕਾਰ ਕੀ ਸੋਚੂਗੀ, ਹੁਕਮ ਕੀ ਦਿੰਦੀ ਹੈ ਤੇ ਤੁਸੀਂ ਕੀ ਕਹਿਣਾ ਮੰਨਦੇ ਹੋ? ਗਲਤੀ ਹੋ ਗਈ ਜਨਾਬ, ਗਲਤੀ ਹੋ ਗਈ, ਬਚ ਗਏ ਤੇ ਗਲਤੀ ਹੋ ਗਈ, ਗਲਤੀ ਹੋ ਗਈ। ਮੈਂ ਕਹਾਂ ਹਾਂਜੀ, ਇਹਨਾਂ ਤੋਂ ਗਲਤੀ ਮੰਨੋ ਤੇ ਇਹਨਾਂ ਨੂੰ ਜੀਪ ਤੇ ਬਿਠਾ ਕੇ ਬਾਜਤ ਕਰੇ ਛੱਡ ਗਿਆ। ਠੀਕ ਹੈ ਜੀ, ਮੁਰਸ਼ਿਦਾ ਮੈਂ ਨਾਮ ਬੋਲਦਾ, ਇਹਨਾਂ ਸਰ ਨੂੰ ਰਿਹਾ ਕੀਤਾ ਜਾਂਦਾ, ਬਸੰਤੀ ਪਿੰਡ ਚੁਗਾ ਖੁਰਦ, ਤਾਰੋ ਪਿੰਡ ਰਾਜੂ ਮਾਜਰਾ, ਸ਼ਮੀ ਪਿੰਡ ਬੱਲੂਵਾਲਾ, ਸਰਕਾਰ ਚੌਥੀ ਰਾਣੀ ਪਿੰਡ ਕੋਟ ਸ਼ਮੀਰ। ਆਹੋ ਉਹ ਮਹਿੰਗੇ, ਮੈਂ ਤੈਨੂੰ ਪਹਿਚਾਣ ਲਿੱਤਾ, ਤੂੰ ਉਹੀ ਹੈ ਨਾ ਰੁਲਦੂ ਦਾ ਮੁੰਡਾ, ਉਹ ਜਿਹੜਾ ਨਿੱਕੇ ਹੁੰਦੇ ਮੇਰੀ ਪੱਟੀ ਤੇ ਆਂਦਾ ਸੀ ਦਾਣੇ ਪੁਣਾਉਣ ਲਈ, ਤੇ ਉਹ ਦਰਜੀ ਦੀ ਧੀ ਨੂੰ ਨਸਾ ਕੇ ਲੈ ਗਿਆ ਸੀ, ਬਣਾ ਫਿਰਦਾ ਤੂੰ ਥਾਣੇਦਾਰ। ਪੈ ਗਿਆ ਮੈਂ ਕਿਹਾ ਮੁਨਸ਼ੀ ਤੂੰ ਲੈ ਕਿਉਂ ਸੀ? ਗਲਤੀ ਹੋ ਗਈ ਹੈ, ਹੁਣ ਤੂੰ ਛੱਡ ਕੇ ਵੀ ਆ ਜਾ, ਮੈਂ ਸਾਰੇ ਬਿਠਾ ਗਿਆ ਜਾ। ਬਾਕੀ ਗੱਲ ਇਹ ਹੈ ਜੀ, ਪੰਜਵਾਂ ਜੀ ਬਲਵੀਰ ਹੈ ਜੀ, ਪਿੰਡ ਬਹਿਮਰ ਦਮਾਨਾ ਜੀ, ਉਹਦੀ ਸ਼ਰਾਬ ਦੀ ਪੱਠੀ ਫੜੀ ਗਈ ਹੈ ਜੀ, ਤਿੰਨ ਬੋਤਲਾਂ ਫੜੀਆਂ ਜੀ, ਉਹ ਤਾਂ ਅਸੀਂ ਪੀਣ ਵਾਸਤੇ ਰੱਖ ਲਈਆਂ ਵੀ ਇਹਦੇ ਪਾਣੀ ਨਾ ਹੋਵੇ ਜੀ, ਤੇ ਜਿਹੜਾ ਪੱਠੀ ਸਮਾਨ ਸੀ ਉਹ ਅਸੀਂ ਜ਼ਬਤ ਕਰ ਲਿਆ ਸੀ, ਤੇ ਜਿਹੜੇ ਦੋ ਬੰਦੇ ਆ ਜੀ ਉਹਨਾਂ ਨੂੰ ਫੜਨ ਵਾਸਤੇ ਭੇਜ ਰਹੇ ਹਾਂ ਜੀ, ਉਹ ਹਲੇ ਫੜੇ ਨਹੀਂ ਗਏ ਸਾਥੋਂ ਜੀ। ਮੈਂ ਕਰਾਂ ਹਾਂਜੀ, ਤੂੰ ਆਪ ਸੋਚ ਲਿਆ ਕਰ ਕਿ ਸਹੀ ਹੈ ਤੇ ਕੀ ਗਲਤ ਹੈ। ਮੈਂ ਕਿਹਾ ਜੀ ਗੱਲ ਇਹ ਜੀ, ਮੈਂ ਤਾਂ ਸੋਚਣ ਦੇ ਵਿੱਚ ਐਕਸਪਰਟ ਹੈ ਜੀ, ਉਹ ਮੁਰਸ਼ੀਰਾਮ ਗੱਲ ਸੋਚ ਗਿਆ ਜੀ, ਉਹੀ ਗਲਤ ਸੀ ਵੀ ਫੜ ਲਿਆ ਜੀ, ਮੇਰੇ ਕਿਹਾ ਕੋਈ ਗਲਤੀ ਨਹੀਂ ਹੋਈ ਜੀ, ਬਾਕੀ ਮੈਂ ਫਰੋਜ਼ ਵਾਲੇ ਟ੍ਰੇਨਿੰਗ ਵੀ ਕਰ ਰਹੀ ਹੈ ਜੀ। ਪਰ ਗਲਤੀ ਤਾਂ ਗਲਤੀ ਹੈ ਨਾ, ਕਿਸੇ ਨੇ ਵੀ ਕੀਤੀ ਹੈ ਤਾਂ ਗਲਤੀ ਹੈ ਨਾ। ਠੀਕ ਹੈ ਜੀ, ਓ ਮੈਂ ਐਸ ਐਸ ਪੀ ਨੂੰ ਮਿਲਣ ਜਾਣਾ। ਠੀਕ ਹੈ ਜੀ, ਅੱਛਾ ਜੀ, ਅੱਛਾ ਜੀ, ਬਹਿ ਜੇ ਬਹਿ ਜੇ ਬਹਿ ਜੇ। ਜਿਨ੍ਹਾਂ ਦੇ ਨਿਆਣੇ ਤੇ ਪੱਗ ਬੰਨੀ ਨਾ ਆਵੇ, ਸਾਨੂੰ ਤਾਂ ਹਲੇ ਪੱਗ ਨੀ ਬੰਨਣੀ ਆਉਂਦੀ, ਤੇ ਕੱਲ ਪਰਸੋਂ ਅਸੀਂ ਲੋਕਾਂ ਨੂੰ ਪੱਗਾਂ ਬਣਾਉਣ ਸਿਖਾ ਦੇਵਾਂਗੇ, ਕੱਲ ਦੇ ਬੰਦੇ ਸਾਨੂੰ ਸਿਖਾਉਂਦੇ ਆ। ਉਹ ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਮੋਢਿਆਂ ਤੇ ਡਾਂਗਾਂ ਦੇ ਰਿਆਂ। ਆਖਿਆ ਸੀਗਾ ਨਾ ਹੀ, ਕਿਉਂ ਆਇਆ ਫਿਰ ਤੂੰ? ਹੈ ਨਵਾਂ ਥਾਣੇਦਾਰ ਆਇਆ, ਮੈਨੂੰ ਵੀ ਮਰਵਾਏਗਾ ਤੂੰ, ਜਾਂ ਤਾਂ ਪਾਓ ਜਾ ਇੱਥੋਂ। ਉਹ ਮੈਂ ਤਾਂ ਬਥੇਰਾ ਘਰੇ ਗਿਆ ਸੀ ਸਰਕਾਰ, ਘਰ ਵਾਲੀ ਨੇ ਫੇਰ ਜੁੱਤੀਆਂ ਮਾਰ ਕੇ ਕੱਢਦਾ। ਜਨਾਬ ਦਰਅਸਲ ਗੱਲ ਇਹ ਹੈ, ਇਹ ਵਿਚਾਰਾ ਦਾਰੂ ਪੀਣੇ ਦਾ ਜ਼ਿਆਦਾ ਘਰ ਜਾਂਦਾ, ਇਹਦੀ ਘਰ ਵਾਲੀ ਜੁੱਤੀਆਂ ਮਾਰ ਕੇ ਕੱਢ ਦਿੰਦੀ ਹੈ ਬਾਹਰ, ਇੱਥੇ ਵਿਚਾਰਾ ਫਿਰ ਰਾਤ ਕੱਟ ਜਾਂਦਾ, ਸਵੇਰੇ ਜਾਣ ਲੱਗਾ 10 ਰੁਪਏ ਦੇ ਜਾਂਦਾ ਜੀ। ਮੈਂ ਤੁਹਾਨੂੰ ਸੋਬਰ ਹੀ ਕਿਹਾ ਵੀ ਇਹ ਪੈਸੇ ਲੈਣ ਦਾ ਕੰਮ ਬੰਦ ਕਰੋ, ਤੁਸੀਂ ਇਹ ਗਲਤੀ ਕਰਦੇ ਕਿਉਂ? ਗਲਤੀ ਹੋ ਗਈ ਜਨਾਬ, ਗਲਤੀ ਹੋ ਗਈ ਜਨਾਬ, ਗੱਲ ਸੁਣ, ਇਹ ਹੁਣ ਘਰੇ ਜਾਊਗਾ,
ਫਿਰ ਇਹ ਘਰ ਵਾਲੇ ਕੁੱਟਣ ਲੱਗ ਜੂਗਾ, ਫਿਰ ਇਹ ਬੱਚਿਆਂ ਨੂੰ ਮਾਰਨ ਲੱਗ ਜੂਗਾ, ਫਿਰ ਇਹ ਪਿੰਡ ਚੋਰੀਆਂ ਕਰਨ ਲੱਗ ਜੂਗਾ, ਫਿਰ ਇਹ ਡਾਕੇ ਮਾਰਨ ਲੱਗ ਜੂਗਾ, ਫਿਰ ਇਹ ਡਰੱਗ ਲਿਆਉਣ ਲੱਗ ਜੂਗਾ, ਜਦੋਂ ਡਰੱਗ ਲਿਆਂਦੀ ਇਹ ਡਰੱਗ ਇੱਥੇ ਲੈਂਦੀ, ਅਸੀਂ ਬਦਨਾਮ ਹੋ ਜਾਵਾਂਗੇ, ਸਾਰਾ ਪਿੰਡ ਬਦਨਾਮ ਹੋ ਜੂਗਾ, ਇਹ ਵਿਗੜ ਜੂਗਾ, ਅਸੀਂ ਸਾਰੀ ਜਨਤਾ ਖਰਾਬ ਹੋ ਜਾਂਦੀ ਹੈ। ਜਦੋਂ ਖਰਾਬ ਹੋ ਜਾਂਦੀ ਹੈ ਫਿਰ ਸਾਡੇ ਹੱਥ ਚ ਜ਼ਿੰਦਗੀ, ਤੁਸੀਂ ਇਹੋ ਜਿਹਾ ਕੰਮ ਕਿਉਂ ਗਲਤ ਕਰਦੇ ਹੋ? ਇਹਨੂੰ ਘਰੇ ਛੱਡ ਕੇ ਆਓ, ਜਾ ਕੇ ਘਰ ਵਾਲੀ ਇਹਨੂੰ ਮਾਰੂਗੀ, ਸਮਝਾਓਗੀ, ਪੰਚਾਇਤ ਬੁਲਾਓਗੀ, ਔਰ ਉਹਦੇ ਬਾਅਦ ਆਪੇ ਠੀਕ ਹੋ ਜੂਗਾ। ਗਲਤੀ ਹੋ ਗਈ, ਗਲਤੀ ਹੋ ਗਈ, ਪਰ ਹੁਣ ਤਾਂ ਪੂਰੀ ਕਰੋ। ਇੱਥੇ ਭਾਰਤੀ ਮੈਂ ਸੋਵਰ ਕੇ ਵੀ ਅਜੇ ਗਲਤੀ ਨਹੀਂ ਕਰਦੀ, ਅਸੀਂ ਫੇਰ ਵੀ ਨੇਸ਼ਨ ਨੂੰ ਸੰਭਾਲ ਲੈ, ਡਰੱਗਾਂ ਨੂੰ ਸੰਭਾਲ ਲੈ, ਅਸੀਂ ਕਰਪਸ਼ਨ ਨੂੰ ਠੀਕ ਕਰ ਲੈ। A special thank you from the heart.